ਕਿ ਇੱਕ ਬੱਚਾ ਜਦੋਂ 3 ਸਾਲ ਦੀ BA ਕਰਕੇ ਬਾਹਰ ਨਿਕਲ ਜਾਂਦਾ ਤਾਂ ਉਹ 3 ਸਾਲ ਦੀ BA ਤੋਂ ਬਾਅਦ ਉਹਨੂੰ ਕੋਈ 10,000 ਦੀ ਨੌਕਰੀ ਨਹੀਂ ਦਿੰਦਾ। ਐਕਚੁਅਲ ਦੇ ਵਿੱਚ ਉਹਨੂੰ ਆਉਂਦਾ ਕੁਛ ਨਹੀਂ ਹੁੰਦਾ। ਮੈਨੂੰ ਇੱਕ ਵੀ BCOM ਵਾਲਾ ਜਿਹੜਾ ਬੱਚਾ ਉਹਨੂੰ ਕਹੋ ਕਿਸੇ ਵੀ ਕੰਪਨੀ ਦੀ ਬੈਲੈਂਸ ਸ਼ੀਟ ਪੜ੍ਹ ਕੇ ਹੀ ਦਿਖਾ ਦੇਵੇ। 100 ਚੋਂ 90 ਦੀ ਗੱਲ ਕਰਦਾ, 10 ਮੇ ਬੀ ਕੋਈ ਬੈਕਗ੍ਰਾਉਂਡ ਨਾਲ ਜੁੜੇ ਹੋਣ ਜਾਂ ਉਹ ਪੜ੍ਹ ਲੈਣ। 125 ਏਕੜ ਦਾ ਕਾਲਜ ਦਾ ਕੈਂਪਸ ਆ, ਕਾਲਜ ਦੇ ਅੰਦਰ 20 ਟਰੱਕ ਖੜੇ ਹੋਏ ਸੀ, ਜਿਹੜਾ 1-1.5-1.5 ਕਰੋੜ ਰੁਪਏ ਦਾ ਇੱਕ ਟਰੱਕ ਆ, 20 ਟਰੱਕ, ਹੈਲੀਕਾਪਟਰ ਖੜੇ ਹੋਏ ਸੀਗੇ, ਐਰੋਪਲੇਨ ਖੜੇ ਹੋਏ ਸੀਗੇ। ਉੱਥੇ ਜਿੰਨੀਆਂ ਵੀ ਫਰਾਰੀ, ਬੈਂਟਲੀ, ਇਹ ਜਿੰਨੀਆਂ ਵੀ ਸੁਪਰ ਕਾਰਾਂ ਨੇ ਉਹ ਖੜੀਆਂ ਹੋਈਆਂ ਸੀ, ਬੋਟ, ਯੈਚ, ਇਹ ਖੜੀਆਂ ਹੋਈਆਂ ਸੀ। ਬੱਚਿਆਂ ਨੂੰ ਅੰਦਰ ਜਾਂਦਿਆਂ ਨੂੰ ਉਹ ਕੱਪੜੇ ਪਵਾ ਦਿੰਦੇ ਨੇ ਬਲੂ, ਨੀਲੇ ਰੰਗ ਦੇ, ਅਤੇ ਕਹਿੰਦੇ ਵੀ ਆ ਜਾਓ। ਉਹਨਾਂ ਦੀ ਅਗਰ 4 ਸਾਲ ਦੀ ਡਿਗਰੀ ਹੈ ਤਾਂ 4 ਦੇ 4 ਸਾਲ ਉਹ ਵਰਕਸ਼ਾਪ ਚਲਾਉਂਦੇ ਆ। ਕਿਉਂ ਨਾ ਬੱਚਿਆਂ ਨੂੰ ਬਾਹਰ ਭੇਜਿਆ ਜਾਵੇ, ਤੁਸੀਂ ਕੰਪੈਰੀਜ਼ਨ ਆਪ ਕਰੋ। ਬਹੁਤ ਸਾਰੇ ਲੋਕ ਇਹ ਕਹਿੰਦੇ ਆ ਜੀ ਕਿ ਬੱਚਿਆਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ, ਜਾਂ ਬੱਚੇ ਬਾਹਰ ਕਿਉਂ ਜਾਂਦੇ ਆ, ਜਾਂ ਪੰਜਾਬ ਖਾਲੀ ਹੋ ਗਿਆ, ਜਾਂ ਪੰਜਾਬ ਖਾਲੀ ਹੋ ਜੂਗਾ, ਜਾਂ ਫਿਰ ਇੱਥੇ ਬਈਏ ਆ ਜਾਣਗੇ, ਉਹ ਰਾਜ ਕਰਨਗੇ, ਜਾਂ ਇਹ ਸਾਰੀਆਂ ਗੱਲਾਂ। ਬਟ ਕਿਉਂ ਨਾ ਜਾਣ, ਅਸੀਂ ਗੱਲ ਕਰਦੇ ਹਾਂ ਲੌਜੀਕਲੀ। ਜਿਵੇਂ ਮੈਂ ਹਰ ਵਾਰ ਕਹਿੰਦਾ ਹੁੰਦਾ ਕਿ ਮੈਂ ਸਿਰਫ ਮੁੱਦੇ 'ਤੇ ਗੱਲ ਕਰਦਾ, ਲੌਜਿਕ 'ਤੇ ਗੱਲ ਕਰਦਾ, ਤਰਕ ਦੇ ਆਧਾਰ 'ਤੇ ਗੱਲ ਕਰਦਾ ਹੁੰਦਾ ਮੈਂ। ਸੋ ਚਲੋ ਜੀ, ਮੈਂ ਕਹਿੰਦਾ ਨਹੀਂ ਜਾਣਦੇ ਬੱਚੇ, ਸਾਡੇ ਨਹੀਂ ਜਾਣਾ ਚਾਹੀਦਾ ਜੀ। ਬੱਚੇ ਇੱਧਰ ਹੀ ਰਹਿਣ ਅਤੇ ਇੱਧਰ ਹੀ ਰਹਿ ਕੇ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਨ ਅਤੇ ਆਪਣੀ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਨ, ਸੋਹਣੀਆਂ ਨੌਕਰੀਆਂ 'ਤੇ ਲੱਗਣ ਅਤੇ ਸੋਹਣੇ ਪੈਸੇ ਕਮਾਉਣ। ਚਲੋ ਹੁਣ ਗੱਲ ਕਰਦੇ ਹਾਂ ਜੀ ਆਪਾਂ ਸੋਹਣੀਆਂ ਨੌਕਰੀਆਂ ਤੋਂ, ਸੋਹਣੇ ਪੈਸੇ ਕਮਾਉਣ ਤੋਂ, ਜਿਹੜੀਆਂ ਸਾਡੀਆਂ ਡਿਗਰੀਆਂ, ਡਿਪਲੋਮੇ ਨੇ, ਜਿਨ੍ਹਾਂ ਦੇ ਬੇਸ 'ਤੇ ਅਸੀਂ ਸੋਹਣੀਆਂ ਨੌਕਰੀਆਂ ਅਤੇ ਸੋਹਣੇ ਸੁਪਨੇ ਸਜਾਉਣੇ ਆ। ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ, +2 ਤੋਂ ਬਾਅਦ ਪਹਿਲੀ ਡਿਗਰੀ ਜਿਹੜੀ ਆਉਂਦੀ ਆ ਆਰਟਸ ਦੀ, BA, ਬੈਚਲਰ ਆਫ ਆਰਟਸ, ਜਿਹਦੇ ਵਿੱਚ ਕੁਛ 2-4 ਹਿਸਟਰੀ ਆ ਗਿਆ, ਇਕਨੋਮਿਕਸ ਆ ਗਿਆ, ਪੋਲੀਟੀਕਲ ਸਾਇੰਸ ਆ ਗਿਆ, ਜਾਂ ਐਵੇਂ ਦੇ ਕੋਈ ਵੀ ਜਿਹੜੇ ਸਾਈਕੋਲੋਜੀ, ਕੋਈ ਵੀ ਐਵੇਂ ਦੇ ਸਬਜੈਕਟ ਆ ਗਏ। ਬਿਲਕੁਲ। ਮੈਨੂੰ ਹੁਣ ਇਹ ਦੱਸੋ ਜੀ ਕਿ ਇੱਕ ਬੱਚਾ ਜਦੋਂ 3 ਸਾਲ ਦੀ BA ਕਰਕੇ ਬਾਹਰ ਨਿਕਲ ਜਾਂਦਾ ਤਾਂ ਉਹ 3 ਸਾਲ ਦੀ BA ਤੋਂ ਬਾਅਦ ਉਹਨੂੰ ਕੋਈ 10,000 ਦੀ ਨੌਕਰੀ ਨਹੀਂ ਦਿੰਦਾ। ਐਕਚੁਅਲ ਦੇ ਵਿੱਚ ਉਹਨੂੰ ਆਉਂਦਾ ਕੁਛ ਨਹੀਂ ਹੁੰਦਾ, ਉਹ ਜਾਣਦਾ ਹੁੰਦਾ ਵਾ ਵੀ ਇਸ ਟਾਈਮ 'ਤੇ, ਅੱਜ ਤੋਂ 10 ਸਾਲ ਪਹਿਲਾਂ, ਅੱਜ ਤੋਂ 50 ਸਾਲ ਪਹਿਲਾਂ, ਅੱਜ ਤੋਂ 200, 500, 1,000 ਸਾਲ ਪਹਿਲਾਂ, 5,000 ਸਾਲ ਪਹਿਲਾਂ ਆਹ ਰਾਜੇ ਆਏ ਸੀ, ਆਹ ਰਾਜਿਆਂ ਨੇ ਆ ਕੇ ਇੱਥੇ ਆਹ ਕੰਮ ਕੀਤਾ। ਸਮਝਣੀ ਜ਼ਰੂਰੀ ਆ ਸਾਡੀ ਹਿਸਟਰੀ ਵੀ, ਬਟ ਕੀ ਉਹ ਜਿਹੜੀ ਅੱਜ ਤੋਂ ਪਹਿਲਾਂ ਪੋਰਸ ਆਇਆ, ਸਿਕੰਦਰ ਆਇਆ, ਅਤੇ ਕਿਹੜੇ ਕਿਹੜੇ ਯੁੱਧ ਹੋਏ, ਉਹਨਾਂ ਨਾਲ ਅੱਜ ਦੇ ਟਾਈਮ ਦੇ ਵਿੱਚ ਕੋਈ ਇੰਟਰਵਿਊ ਕਰੈਕ ਕਰ ਸਕਦਾ? ਕਿਸੇ ਇੰਟਰਵਿਊ ਵਾਲੇ ਨੂੰ ਜਾ ਕੇ ਬੰਦਾ ਪੁੱਛਦਾ ਵੀ ਤੈਨੂੰ ਕੀ ਆਉਂਦਾ, ਉਹ ਕਹਿੰਦਾ ਵੀ ਮੈਨੂੰ ਪਤਾ ਵੀ ਕਿਹੜੇ ਟਾਈਮ 'ਤੇ ਕਿਹੜਾ ਯੁੱਧ ਲੜਿਆ ਗਿਆ ਸੀ, ਉਸ ਯੁੱਧ ਦੇ ਵਿੱਚ ਕਿੰਨੇ ਸੈਨਿਕ ਸੀਗੇ, ਉਹ ਸੈਨਿਕਾਂ 'ਚੋਂ ਕਿੰਨੇ ਸੈਨਿਕ ਮਾਰੇ ਗਏ, ਇਹ ਵਾਲੇ ਰਾਜੇ ਨੇ ਕਿੰਨੇ ਕਿਲ੍ਹੇ ਫਤਿਹ ਕੀਤੇ ਸੀਗੇ, ਅਤੇ ਸਿਕੰਦਰ ਕਿੱਥੋਂ ਚੱਲਿਆ, ਪੋਰਸ ਕਿੱਥੋਂ ਚੱਲਿਆ। ਤਾਂ ਉਹਨੇ ਕੰਮ ਕਰਾਉਣਾ, ਬਿਜ਼ਨਸ ਵੇਚਣਾ, ਜਾਂ ਉਹਨੇ ਮੋਬਾਈਲ ਵਿਕਵਾਉਣੇ ਆ ਤੁਹਾਡੇ ਕੋਲੋਂ, ਜਾਂ ਉਹਨੇ ਕੋਈ ਆਪਣੀ ਇੰਸ਼ੋਰੈਂਸ ਵਿਕਾਉਣੀ ਆ, ਬੈਂਕ ਵਾਲੇ ਕਹਿੰਦੇ ਅਕਾਊਂਟ ਖੋਲੋ, ਉਹਨਾਂ ਨੇ ਪੋਰਸ ਤੋਂ ਕੀ ਲੈਣਾ ਅਤੇ ਸਿਕੰਦਰ ਤੋਂ ਕੀ ਲੈਣਾ, ਜਾਂ ਉਹਨਾਂ ਨੇ ਇਕਨੋਮਿਕਸ ਦੇ ਵਿੱਚ ਜਿਹੜੀਆਂ ਕੈਲਕੂਲੇਸ਼ਨਸ ਨੇ ਉਹਨਾਂ ਤੋਂ ਕੀ ਲੈਣਾ, ਜਾਂ ਸਾਈਕੋਲੋਜੀ ਤੋਂ। ਸੋ ਅਸੀਂ ਗੱਲ ਕਰ ਰਹੇ ਸੀ ਬੈਚਲਰ ਆਫ ਆਰਟਸ ਦੀ, 10,000, 12,000, 15,000 ਦੀ ਨੌਕਰੀ ਨਹੀਂ ਜੇ ਮਿਲਦੀ, ਚਲੋ BCOM ਦੀ ਗੱਲ ਕਰ ਲੈਂਦੇ ਹਾਂ, ਕਹਿਣ ਨੂੰ ਤਾਂ ਇਹ ਬੈਚਲਰ ਆਫ ਕਮਰਸ ਆ, ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਬੰਦਾ ਕਮਰਸ ਦੀ ਬੈਚਲਰ ਕਰ ਲੈਂਦਾ ਉਹ ਅਕਾਊਂਟੈਂਟ ਬਣ ਜਾਂਦਾ, CA ਉਸ ਤੋਂ ਬਾਅਦ ਬਣੂਗਾ, ਅਤੇ ਉਹ ਅਕਾਊਂਟੈਂਟ ਬਣ ਜਾਂਦਾ, ਅਤੇ ਉਸ ਤੋਂ ਬਾਅਦ ਉਹ ਮਾਸਟਰ ਇਨ ਕਮਰਸ MCOM ਕਰ ਲੈਂਦਾ, ਅਤੇ ਫਿਰ ਉਹਨੂੰ ਬਹੁਤ ਵੱਡੀ ਕੰਪਨੀ ਦੇ ਵਿੱਚ
ਵਧੀਆ ਅਕਾਊਂਟਸ ਦੀ ਜੋਬ ਮਿਲ ਜਾਂਦੀ ਹੈ। ਮੈਨੂੰ ਇੱਕ ਵੀ ਬੀਕੌਮ ਵਾਲਾ ਜਿਹੜਾ ਬੱਚਾ ਉਹਨੂੰ ਕਹੋ ਕਿਸੇ ਵੀ ਕੰਪਨੀ ਦੀ ਬੈਲੈਂਸ ਸ਼ੀਟ ਪੜ੍ਹ ਕੇ ਹੀ ਦਿਖਾ ਦੇਵੇ। 100 ਚੋਂ 90 ਦੀ ਗੱਲ ਕਰਦਾ, 10 ਮੇ ਬੀ ਕੋਈ ਬੈਕਗ੍ਰਾਊਂਡ ਨਾਲ ਜੁੜੇ ਹੋਣ ਜਾਂ ਉਹ ਪੜ੍ਹ ਲੈਣ, ਬਟ 100 ਦੇ ਵਿੱਚੋਂ 90 ਬੱਚੇ ਜਿਹੜੇ ਕਿ ਇਹ ਦੱਸ ਦੇਣ ਕਿ ਬੈਲੈਂਸ ਸ਼ੀਟ ਕਿਵੇਂ ਬਣਦੀ ਆ, ਬੈਲੈਂਸ ਸ਼ੀਟ ਦੇ ਵਿੱਚ ਕੀ ਹੁੰਦਾ ਆ, ਕੰਪਨੀ ਕੀ ਕਿਵੇਂ ਚੱਲਦੀ ਆ, ਉਹਨੂੰ ਟੈਲੀ ਚਲਾਉਣਾ ਆਉਂਦਾ ਹੋਵੇ ਜਿਹੜਾ ਸੋਫਟਵੇਅਰ ਆ, ਜਾਂ ਉਹਨੂੰ ਕੋਈ ERP ਸੋਫਟਵੇਅਰ ਚਲਾਉਣਾ ਆਉਂਦਾ ਹੋਵੇ ਕਿਸੇ ਬੀਕੌਮ ਵਾਲੇ ਬੱਚੇ ਨੂੰ, ਬੀਕੌਮ ਤੇ ਛੱਡੋ ਐਮਕੌਮ ਕਰਨ ਤੋਂ ਬਾਅਦ ਉਹ ਕਿਸੇ ਅਕਾਊਂਟੈਂਟ ਦੇ ਨਾਲ ਲੱਗਦੇ ਆ, ਫਿਰ ਕ੍ਰੈਡਿਟ ਡੈਬਿਟ ਔਰ ਇਹ ਸਾਰੀਆਂ ਟ੍ਰਾਂਜੈਕਸ਼ਨ ਫਿਰ ਸਿੱਖਣੀਆਂ ਸ਼ੁਰੂ ਕਰਦੇ ਆ, ਫਿਰ ਅੱਗੇ ਚੱਲਦੇ ਆ। ਇਸ ਤੋਂ ਅਪਾਰਟ ਚਲੋ ਆਪਾਂ ਹੋਰ ਛੱਡੋ ਜੀ, ਮੈਂ ਕਹਿੰਦਾ ਤੁਸੀਂ BCA ਕਹਿੰਦੇ ਜੀ, ਬੱਚੇ ਸਾਡੇ ਨੇ BCA ਕਰ ਲਈ ਜੀ, ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ, ਇਹ BCA ਕਰੀ। BCA ਕਰਨ ਤੋਂ ਬਾਅਦ ਕਿਸੇ ਬੱਚੇ ਨੂੰ ਸੋਫਟਵੇਅਰ ਨਹੀਂ ਬਣਾਉਣਾ ਆਉਂਦਾ, ਇੱਕ ਇੰਨਾ ਕਾਬਿਲ ਨਹੀਂ ਬਣਦਾ। ਇਸ ਤੋਂ ਉੱਪਰ ਗੱਲ ਕਰਦੇ ਹਾਂ, ਮੈਂ ਕਹਿੰਦਾ ਕੰਪਿਊਟਰ ਸਾਇੰਸ ਦੀ BTech, ਦੇਖੋ ਸਾਡੀ ਸਟੱਡੀ ਦਾ ਹਿਸਾਬ ਕਿਤਾਬ 4 ਸਾਲ ਦੀ ਡਿਗਰੀ ਆ, 4 ਸਾਲ ਦੀ ਡਿਗਰੀ 'ਚ 3.5 ਸਾਲ ਚਾਹੇ ਉਹ ਕੰਪਿਊਟਰ ਆ, ਚਾਹੇ ਇਲੈਕਟ੍ਰੀਕਲ ਆ, ਚਾਹੇ ਇਲੈਕਟ੍ਰੋਨਿਕਸ ਵਾਲਾ ਵਾ, ਚਾਹੇ ਉਹ ਆਰਕੀਟੈਕਚਰਲ ਆ, ਚਾਹੇ ਉਹ ਸਿਵਲ ਦਾ ਵਾ ਬੰਦਾ, ਉਹਨੂੰ 4 ਸਾਲ ਦੇ ਵਿੱਚੋਂ 3.5 ਸਾਲ ਉਹਨੂੰ ਕਮਰੇ ਦੇ ਵਿੱਚ ਬੈਠ ਕੇ ਗੱਡੀਆਂ ਕਿਵੇਂ ਠੀਕ ਹੁੰਦੀਆਂ, ਮਕੈਨਿਕ ਕਿਵੇਂ ਬਣੀਦਾ, ਇਹ 3.5 ਸਾਲ ਇੱਕ ਪ੍ਰੋਫੈਸਰ ਇੱਕ ਕਲਾਸ ਦੇ ਵਿੱਚ ਬੈਠ ਕੇ ਸਿਖਾਉਂਦਾ ਕਿ ਜਿਹੜੀ ਬਿਲਡਿੰਗਾਂ ਬਣ ਗਈਆਂ ਉਹ ਤੂੰ ਕਿਵੇਂ ਬਣਾਏਗਾ, ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਦਾ ਕੰਮ ਕਿਵੇਂ ਕਰੇਗਾ, ਕਿਵੇਂ ਕਾਰਾਂ ਠੀਕ ਕਰੇਗਾ, ਕਿਵੇਂ ਉਹਦੀਆਂ ਬੈਟਰੀਆਂ। ਇੱਕ ਕਹਿਣਾ ਨਹੀਂ ਚਾਹੀਦਾ, ਬਟ ਅੱਜ ਦਾ ਜਿਹੜਾ ਸਿਸਟਮ ਆ, ਜਿਹੜੇ ਕਾਲਜਸ ਜਾਂ ਯੂਨੀਵਰਸਿਟੀ ਨੇ ਜਿਹੜੀਆਂ ਮਕੈਨੀਕਲ ਵੀ ਕਰਾਉਂਦੇ ਆ, ਮੈਨੂੰ ਇਹ ਦੱਸੋ ਵੀ ਇੱਕ ਮਕੈਨੀਕਲ ਇੰਜੀਨੀਅਰਿੰਗ ਬੱਚਾ ਜਿਹੜਾ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਬਾਹਰ ਨਿਕਲਦਾ ਆ, ਉਹ 800 ਮਰੂਤੀ ਕਾਰ ਦਾ ਬੋਨਟ ਖੋਲ ਕੇ, ਉਹਦਾ ਇੰਜਨ ਖੋਲ ਕੇ ਬੰਨ ਕੇ ਬੰਦ ਕਰਕੇ ਦਿਖਾ ਦੇਵੇ ਵੀ ਉਹਦੇ ਇੰਜਨ ਵੀ ਕਿਵੇਂ ਖੁੱਲਣਾ ਤੇ ਕਿਵੇਂ ਬੰਦ ਹੋਣਾ 800 ਦਾ। ਇਸੇ ਉਲਟ ਅਗਰ ਮੈਂ ਕੈਨੇਡਾ ਦੀ ਗੱਲ ਕਰਾਂ, ਕੈਨੇਡਾ ਦੇ ਵਿੱਚ ਮੈਂ ਆਪ ਵਿਜ਼ਿਟ ਕੀਤਾ ਇੱਕ ਲੰਡਨ ਓਨਟੈਰੀਓ, ਟੋਰੋਂਟੋ ਤੋਂ ਥੋੜੀ ਦੇਰ ਅੱਗੇ ਜਾ ਕੇ ਇੱਕ ਕਾਲਜ ਆ ਲੰਡਨ ਦੇ ਵਿੱਚ, ਕਾਲਜ ਦਾ ਨਾਮ ਆ ਫੈਨਸ਼ੋ ਕਾਲਜ, 125 ਏਕੜ ਦਾ ਕਾਲਜ ਦਾ ਕੈਂਪਸ ਆ, ਕਾਲਜ ਦੇ ਅੰਦਰ 20 ਟਰੱਕ ਖੜੇ ਹੋਏ ਸੀ, ਜਿਹੜਾ ਇੱਕ ਇੱਕ 1.5 ਕਰੋੜ ਰੁਪਏ ਦਾ ਇੱਕ ਟਰੱਕ ਆ, 20 ਟਰੱਕ, ਹੈਲੀਕਾਪਟਰ ਖੜੇ ਹੋਏ ਸੀਗੇ, ਐਰੋਪਲੇਨ ਖੜੇ ਹੋਏ ਸੀਗੇ, ਉੱਥੇ ਜਿੰਨੀਆਂ ਵੀ ਫਰਾਰੀ ਬੈਂਟਲੀ ਇਹ ਜਿੰਨੀਆਂ ਵੀ ਸੁਪਰ ਕਾਰਾਂ ਨੇ ਉਹ ਖੜੀਆਂ ਹੋਈਆਂ ਸੀ, ਬੋਟ ਯੈਚ ਇਹ ਖੜੀਆਂ ਹੋਈਆਂ ਸੀ, ਬੱਚਿਆਂ ਨੂੰ ਅੰਦਰ ਜਾਂਦਿਆਂ ਨੂੰ ਉਹ ਕੱਪੜੇ ਪਵਾ ਦਿੰਦੇ ਨੇ ਬਲੂ ਨੀਲੇ ਰੰਗ ਦੇ, ਤੇ ਕਹਿੰਦੇ ਵੀ ਆ ਜਾਓ। ਉਹਨਾਂ ਦੀ ਅਗਰ 4 ਸਾਲ ਦੀ ਡਿਗਰੀ ਹੈ ਤਾਂ 4 ਦੇ 4 ਸਾਲ ਉਹ ਵਰਕਸ਼ਾਪ ਚਲਾਉਂਦੇ ਆ, ਕਿਉਂ ਨਾ ਬੱਚਿਆਂ ਨੂੰ ਬਾਹਰ ਭੇਜਿਆ ਜਾਵੇ, ਤੁਸੀਂ ਕੰਪੈਰੀਜ਼ਨ ਆਪ ਕਰੋ। ਇੱਕ ਗੱਲ ਦੱਸੋ ਮੈਨੂੰ ਤੁਸੀਂ, ਤੁਸੀਂ ਦੱਸੋ ਵੀ ਸਿਵਲ ਇੰਜੀਨੀਅਰਿੰਗ ਦਾ ਮਤਲਬ ਕੀ ਹੋਇਆ, ਬਿਲਡਿੰਗਾਂ ਬਣਾਉਣੀਆਂ, 3.5 ਸਾਲ ਇੱਕ ਕਲਾਸਰੂਮ ਦੇ ਵਿੱਚ ਬੈਠ ਕੇ ਉਹਨੇ ਬਿਲਡਿੰਗਾਂ ਬਣਾਉਣੀਆਂ ਸਿੱਖੀਆਂ, ਤੇ ਹੁਣ ਉਹ ਨਿਕਲਦੇ ਸਾਰ 6 ਮਹੀਨੇ ਦਾ ਇੰਟਰਨਸ਼ਿਪ ਕਰਕੇ ਉਹਨੂੰ ਕਿਹੜਾ ਬੰਦਾ ਆਪਣੀ ਬਿਲਡਿੰਗ ਬਣਾਉਣ ਦਾ ਠੇਕਾ ਦੇ ਦੂਗਾ ਵੀ ਤੂੰ ਸਾਡੀਆਂ ਬਿਲਡਿੰਗ ਬਣਾ। ਅਸੀਂ ਕਹਿੰਦੇ ਹਾਂ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਚਾਹੀਦਾ, ਮੈਂ ਕਹਿੰਦਾ ਕਿਉਂ ਨਹੀਂ ਭੇਜਣਾ ਚਾਹੀਦਾ, ਤੁਸੀਂ ਜ਼ਰੂਰੀ ਨਹੀਂ ਵੀ ਉਹਨਾਂ ਨੂੰ ਉੱਥੇ ਰੱਖਣਾ, ਅਗਰ ਉਹ ਪੜ੍ਹ ਕੇ ਲਿਖ ਕੇ ਇੱਥੇ ਵੀ ਆ ਜਾਂਦੇ ਆ, ਇੱਥੇ ਆ ਕੇ ਵੀ ਉਹਨਾਂ ਨੂੰ ਲੱਖਾਂ ਰੁਪਈਏ ਦੀਆਂ ਤਨਖਾਹਾਂ ਮਿਲਣੀਆਂ। ਸੋ ਇਹ ਕੁਐਸਚਨ ਕਿ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਚਾਹੀਦਾ, ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ, ਬੱਚਿਆਂ ਨੂੰ ਬਾਹਰ ਭੇਜਣਾ ਚਾਹੀਦਾ। ਇਹ ਇੱਕ ਰੀਜ਼ਨ ਸੀਗਾ, ਮੇਰੇ ਕੋਲ 100 ਇਹੋ ਜਿਹੇ ਰੀਜ਼ਨ ਨੇ ਜਿਹੜੇ ਮੈਂ ਤੁਹਾਨੂੰ ਐਕਸਪਲੇਨ ਕਰ ਸਕਦਾ ਕਿ ਬੱਚਿਆਂ ਨੂੰ ਜ਼ਰੂਰੀ ਆ ਬਾਹਰ ਭੇਜਣਾ, ਸਾਡੀ ਐਜੂਕੇਸ਼ਨ ਸਿਸਟਮ ਉਹਨਾਂ ਦੀ ਐਜੂਕੇਸ਼ਨ ਸਿਸਟਮ ਦਾ ਜ਼ਮੀਨ ਅਸਮਾਨ ਦਾ ਫਰਕ।